ਅਸਲਾਮ ਵਾਲੇਕੁਮ, ਉਮੀਦ ਕਰਨਾ ਸਾਰੇ ਭੈਣਾਂ ਭਰਾ ਬਜ਼ੁਰਗ ਠੀਕ ਹੋ। ਸੋ ਮੈਂ ਮੁਹੰਮਦ ਕਲੀਮ ਸੁਣ ਕੀ ਦਿਓ ਕਲੀਮ ਵਲੌਗ। ਅੱਜ ਮੈਂ ਦੱਸੋ ਕਿ ਇੰਗਲੈਂਡ ਨੇ ਇੱਕ ਮਾਸ਼ਾਅੱਲਾ ਬੜੀ ਖੂਬਸੂਰਤ ਜਗ੍ਹਾ ਚੱਕ ਰਿਹਾ ਸਾਂ, ਬੜੀ ਖੂਬਸੂਰਤ ਜਗ੍ਹਾ ਇਨਸ਼ਾਅੱਲਾ ਅੱਜ ਐਕਸਪਲੋਰ ਕਰ ਸਕਾਂ, ਸੋ ਕਿ ਦੱਸਾਂ ਉਸ ਜਗ੍ਹਾ ਨਾਇਆ ਮਾਲੋ। ਮਾਲੋ ਕਿ ਹੁਣ ਕਾਫੀ ਸਾਰੀਆਂ ਜਗ੍ਹਾ ਖੂਬਸੂਰਤ ਨਹੀਂ ਹੈ, ਅੱਗੇ ਚੱਲੀ ਦੱਸੋ ਅਸੀਂ ਦੱਸਦੇ ਹਾਂ ਕਿ ਮਾਲੋ ਕਿਹੜੀ ਸਾਈਡ ਹੀ ਔਰ ਇਸ ਨੇ ਅੰਦਰ ਘੜੀਆਂ ਘੜੀਆਂ ਖੂਬਸੂਰਤ ਜਗ੍ਹਾ ਆਈਆਂ। ਪਰ ਹੁਣ ਕਲਰ ਨੇ ਵੀ ਗੱਡੀ ਚੁੱਲ੍ਹੇ ਔਰ ਮਾਸ਼ਾਅੱਲਾ ਇਸ ਤਰ੍ਹਾਂ ਤੱਕਣੇ ਉਸੋ ਕਿ ਮੌਸਮ ਵੀ ਇਤਨਾ ਜ਼ਬਰਦਸਤ ਹੋਇਆ, ਬਾਰਿਸ਼ ਲਈ ਵੀ ਹੈ, ਬਾਰਿਸ਼ ਹੁਣ ਰੁਕੀ ਹੈ। ਮਾਸ਼ਾਅੱਲਾ ਬੜਾ ਹੀ ਮਜ਼ੇ ਨਾਲ ਮੌਸਮ ਆ ਚੁੱਲ੍ਹੇ ਹੁਣ ਔਰ ਚੁੱਲ੍ਹੇ ਤੇ ਤੁਸੀਂ ਦੱਸਦੇ ਹਾਂ ਜੀ ਮਾਲੋ। ਅਸ ਜਿਹੜੇ ਹਾਂ 36 ਰੋਡ ਉੱਪਰੋਂ ਔਰ ਅਸੀਂ ਦੱਸਣਾ ਚੱਲੇ ਹਾਂ ਕਿ ਉਸਲੇ ਬੰਦੇ ਮਾਰੇ ਨਾਲ ਰਾਬਤਾ ਕੀਤਾ ਆ ਬੜੇ ਟੋਨੋ ਬਰਮਿੰਘਮ ਲਈ ਸਾਡੂ ਔਰ ਸਟੋਰ ਲਈ ਸਾਡੂ, ਤਾਂ ਉਹਨਾਂ ਮੈਂ ਦੱਸਿਆ ਮੈਂ ਹਾਈਵੈਕਮ ਆਇਆ, ਤਾਂ ਉਹਨਾਂ ਕੀ ਕੋਈ ਨਹੀਂ ਪਤਾ ਕਿ ਹਾਈਵੈਕਮ ਮੈਂ ਬੜਾ ਰਹਾਉਣ ਹੋਇਆ ਕਿ ਉਸਲੇ ਬੰਦੇ ਜਿਹੜੇ ਇੰਗਲੈਂਡ ਅੰਦਰ ਰਹੇ ਨੇ ਉਹਨਾਂ ਕੀ ਹਾਈਵੈਕਮ ਨੇ ਬਾਰੇ ਕੀ ਕੋਈ ਨਹੀਂ ਪਤਾ, ਕਿਉਂਕਿ ਹਾਲਾਂਕਿ ਇਹ ਬੜੀ ਮਸ਼ਹੂਰ ਜਗ੍ਹਾ ਹੀ ਹੈ ਔਰ ਬਾਕੀ ਇਹ ਨੀਚੇ ਸੀ ਮੋਟਰਵੇ ਜਾਈ ਰਿਹਾ ਉਸਨੇ ਆਪਣੇ ਅਸ ਜਾਈ ਰਿਹਾ ਔਰ ਮਾਲੋ ਜਿਹੜਾ ਟੋਨ ਆ ਇਹ ਇਗਲਾ ਦਾ ਟੋਨ ਆ ਛੋਟਾ ਜਿਹਾ, ਅਸਾਂ ਮਾਲੋ ਜਾ ਰਹੇ ਹਾਂ ਔਰ ਉੱਥੇ ਸ਼ਾਪਿੰਗ ਸੈਂਟਰ ਵਗੈਰਾ ਸਾਰਾ ਕੁਝ ਇਲਾਦ ਆਇਆ, ਅਸਾਂ ਸਮਝੀ ਨੂੰ ਕਿ ਇੱਕ ਟੋਨ ਚੋਂ ਦੂਸਰੇ ਟੋਨ 'ਚ ਜਾਈ ਰਿਹਾ ਔਰ ਇਹ ਜੰਗਲ ਨਹੀਂ ਜਿਸ ਤਰ੍ਹਾਂ ਆਉਣਾ ਇਸ ਤਰ੍ਹਾਂ ਨਹੀਂ, ਇਸ ਸਾਈਡ ਬੂਟੇ ਤੋਂ ਕੋਈ ਸਾਈਡ ਬੂਟੇ ਅਸਾਂ ਬੂਟਿਆਂ ਦੇ ਦਰਮਿਆਨੇ ਵਿੱਚੋਂ ਜਾਈ ਰਹੇ ਹਾਂ। ਮਾਸ਼ਾਅੱਲਾ ਖੂਬਸੂਰਤ ਜਗ੍ਹਾ ਹੀ ਹੈ, ਇਸ ਸਾਈਡ ਕੋਈ ਸ਼ਾਪਾਂ ਹੈ। ਚੈੱਕ ਕਰੋ ਬੂਟਿਆਂ ਦਾ ਕਲਰ, ਪੱਤੇ ਹੁਣ ਪੀਲੇ ਹੋਣੇ ਪਏ। ਅਸਾਂ ਮਾਲੋ ਨੇ ਜਿਹੜੀ ਮੇਨ ਜਗ੍ਹਾ ਹੀ ਅਸਾਂ ਉੱਥੇ ਜਾਈ ਰਹੇ ਹਾਂ ਔਰ ਇੱਥੇ ਇੱਕ ਮਾਸ਼ਾਅੱਲਾ ਬੜਾ ਮਸ਼ਹੂਰ ਬ੍ਰਿਜ ਆ, ਅਸਾਂ ਉੱਥੇ ਵੀ ਜਾਸਾਂ ਔਰ ਇਸ ਤੋਂ ਇਲਾਵਾ ਚਲੋ ਕੋਈ ਜਗ੍ਹਾ ਤੱਕ ਸਾਂ ਔਰ ਕੋਈ ਉਸਨੇ ਨਾਲ ਹੀ ਕੋਈ ਜਗ੍ਹਾ ਖੂਬਸੂਰਤ ਜੀ ਆਇਆ ਸੁਣਿਆ, ਇੱਕ ਪਾਰਕ ਵੀ ਆਇਆ ਚਲੋ ਉਹ ਵੀ ਤੱਕਣੇ ਆ, ਉਹ ਵੀ ਤੁਸੀਂ ਦੱਸਾਂ। ਚੈੱਕ ਕਰੋ ਮਾਸ਼ਾਅੱਲਾ ਦੇਖੋ, ਦੋ ਸਾਈਡਾਂ ਪਰ ਬੂਟੇ, ਇਸ ਸਾਈਡ ਹੀ ਬੂਟੇ, ਇਸ ਸਾਈਡ ਹੀ ਬੂਟੇ, ਜਿਸ ਤਰ੍ਹਾਂ ਗੈਲ ਨਹੀਂ ਹੋਣੀ, ਇਸ ਤਰ੍ਹਾਂ ਇਹ ਜਗ੍ਹਾ ਬਣਦੀ ਵੀ ਹੈ ਬੜੀ ਜ਼ਬਰਦਸਤ। ਪਹੁੰਚੀ ਹੈ ਜੀ ਮਾਰਲੋ ਸਾਈਡ, ਚੈੱਕ ਕਰੋ ਟੋਨ ਸਾਈਡ ਜਾਈ ਰਹੀ ਟੋਨ ਨਹੀਂ ਸਾਈਡ, ਇਸ ਸਾਈਡ ਦੀ ਸ਼ਾਪਾਂ ਕੋਈ ਸ਼ਾਪਾਂ ਇਹ ਸਾਡੀਆਂ ਇਹ ਚੌਕ ਆ, ਜਿਸ ਤਰ੍ਹਾਂ ਚੌਕ ਨਹੀਂ ਹੋਣੇ ਇਸ ਸਾਈਡ, ਇਹ ਜਿਸ ਤਰ੍ਹਾਂ ਚਕਸਾਰੀ ਚੌਕ ਹੋਣਾ ਇਸਲਾਮਗੜ ਚੌਕ, ਇਹ ਸਮਝੀ ਨਾ ਕਿ ਇਹ ਚੌਕ ਹੀ ਆ। ਬਾਕੀ ਤੱਕ ਨਾ ਕਾਫੀ ਸਾਰੀਆਂ ਸ਼ਾਪਾਂ ਹੀ ਇਸ ਸਾਈਡ ਵੀ ਕਾਫੀ ਜ਼ਿਆਦਾ ਹੀ ਆ। ਅਸਾਂ ਮਾਲੋ ਪਾਰਕ ਨੇ ਅੰਦਰ ਆਈ ਗਈਆਂ, ਇੱਥੇ ਅਸਾਂ ਸਭ ਤੋਂ ਪਹਿਲੇ ਗੱਡੀ ਪਾਰਕ ਕਰ ਸਾਂ ਔਰ ਉਸ ਤੋਂ ਬਾਅਦ ਫਿਰ ਅਸਾਂ ਜੁੱਸਾਂ ਪਾਰਕ ਕੀ ਨਾਲ ਹੀ ਬ੍ਰਿਜ ਪਰ ਤੱਕ ਨਾ ਕਾਫੀ ਜ਼ਿਆਦਾ ਰਸ਼ ਆ, ਕਾਫੀ ਸਾਰੀਆਂ ਗੱਡੀਆਂ ਖੜਦੀਆਂ ਇਸ ਦਿਨ ਦੱਸਦੇ ਲੋ ਵਾਕਿਆ ਕੋਈ ਜਗ੍ਹਾ ਤੱਕਣੇ ਲਈ ਹੈ। ਔਰ ਪਾਰਕਿੰਗ ਦੀ ਜਗ੍ਹਾ ਵੀ ਮਾਸ਼ਾਅੱਲਾ ਕਾਫੀ ਵਧੀਆ ਹੈ, ਜ਼ਬਰਦਸਤ ਜਗ੍ਹਾ ਬਣਾਈ ਨੇ ਪਾਰਕਿੰਗ ਦੀ। ਦੋ ਤਰ੍ਹਾਂ ਚੱਕਰ ਅਸਾਂ ਲਾਏ ਪਾਰਕਿੰਗ ਦੀ ਜਗ੍ਹਾ ਕੋਈ ਮਿਲੀ ਰਹੀ, ਰਸ਼ ਵੀ ਜ਼ਿਆਦਾ ਆ, ਇਹ ਕੋਈ ਗੋਰੀ ਜੁਲੀ ਹੈ ਚਲੋ ਜਗ੍ਹਾ ਅਸੀਂ ਮਿਲੀ ਜਾਏ, ਵੈਸੇ ਤਾਂ ਇੱਥੇ ਕੋਈ ਜਗ੍ਹਾ ਮਿਲੀ ਰਹੀ, ਬਾਕੀ ਵੀ ਗੱਡੀਆਂ ਲਈ ਚੱਕਰ ਲਾਈ ਰਹੀ, ਪਾਰਕਿੰਗ ਦੀ ਜਗ੍ਹਾ ਮਿਲ ਗਈ ਸੀ। ਉਸ ਤੋਂ ਬਾਅਦ
ਅਸੀਂ ਇੱਥੋਂ ਟਿਕਟ ਕਿੰਨੇ ਪਿਆ ਐਪੇ ਪਰ ਟਿਕਟ ਕਿੰਨਾ ਪੈਣਾ ਔਰ ਉਸ ਤੋਂ ਬਾਅਦ ਫਿਰ ਜਾਸਾਂ ਪਾਰਕ ਨੇ ਅੰਦਰ ਰਸ਼ ਯਕੀਨ ਕਰੋ ਇੰਨਾ ਜ਼ਿਆਦਾ ਰਸ਼ ਹੈ ਇੰਨੀਆਂ ਜ਼ਿਆਦਾ ਗੱਡੀਆਂ ਖੜ੍ਹੀਆਂ ਕਿ ਪਾਰਕਿੰਗ ਜਗ੍ਹਾ ਨਹੀਂ ਸੀ ਮਿਲਦੀ ਮੈਨੂੰ ਨਹੀਂ ਸਭ ਪਤਾ ਕਿ ਕੋਈ ਇਤਨੀ ਮਸ਼ਹੂਰ ਜਗ੍ਹਾ ਹੀ ਹੈ ਹੁਣ ਅੰਦਰ ਜੁੱਸਾਂ ਦਾ ਫਿਰ ਪਤਾ ਚੱਲ ਸੀ ਕਿ ਅੰਦਰੋਂ ਕਿਸ ਤਰ੍ਹਾਂ ਨਹੀਂ ਹੈ ਇਸ ਸਾਈਡ ਤੱਕ ਨੇ ਉਸ ਤੋਂ ਗੋਰੇ ਕੁੱਤੇ ਫੇਰੀ ਡੇ ਇਸ ਸਾਈਡ ਪਿੱਛੀ ਹੈ ਕ੍ਰਿਕਟ ਪਿੱਚ ਜਾ ਕਰੋ ਜਗ੍ਹਾ ਜਗ੍ਹਾ ਬਿਨ ਜਗ੍ਹਾ ਬਣਾਈ ਵੀ ਨਹੀਂ ਇੱਧਰ ਵੀ ਦੁਕੋ ਉਸ ਸਾਈਡ ਵੀ ਕਿਹੜੀ ਸਾਈਡ ਜੁਲ ਗਿਆ ਇੱਧਰ ਉਸ ਸਾਈਡ ਅੱਗੇ ਦਰਿਆ ਆ ਉੱਧਰ ਜਾ ਅਸੀਂ ਦੇਖਦੇ ਹਾਂ ਦਰਿਆ ਕੋਲ ਜੁਲੀ ਅਤੇ ਅਸੀਂ ਦਰਿਆ ਦੱਸਣੇ ਹਾਂ ਜੀ ਇਸ ਸਾਈਡ ਚੱਕਰਾਂ ਨੇ ਮੁਜੱਸਮਾ ਦੇਖੋ ਪਈ ਨਾ ਚੰਗਾ ਬੜਾ ਆਈ ਆਖੀ ਸਕਦੀ ਬੈਂਚਾਂ 'ਚ ਆ ਉਹਨੇ ਚੱਪਾ ਚੱਪਾ ਚਾਹੇ ਉਹਨੇ ਖਲਤੇ ਵੀ ਨਾਲ ਆ ਚੀਜ਼ ਇਸ ਤਰ੍ਹਾਂ ਕੀਤਾ ਉਹਨੇ ਪਤਾ ਨਹੀਂ ਕੁਛ ਨੇ ਆਪਣੀ ਗੁੱਸਾ ਸਾ ਉਹਨੇ ਉਹਨਾਂ ਇੰਨਾ ਮੁਜੱਸਮਾ ਬਣਾਈ ਰਿਹਾ ਆ ਅੱਛਾ ਲੈ ਸੋਹਣੀ ਜਗ੍ਹਾ ਚੱਕਰੋ ਇਸ ਸਾਈਡ ਬੂਟੇ ਇਸ ਸਾਈਡ ਹੀ ਬੂਟੇ ਇਸ ਸਾਈਡ ਕੋਈ ਕਿਸ਼ਤੀ ਵੀ ਨਜ਼ਰ ਆ ਰਹੀ ਆ ਚੁੱਲ੍ਹੇ ਦਰਿਆ ਹੋਈ ਸਾਰੀ ਗੱਲ ਕਿਸ਼ਤੀਆਂ ਉਸ ਨੂੰ ਚੱਕ ਰਹੇ ਔਰ ਨਾਲ ਹੀ ਇਸਨੇ ਇੱਕ ਬ੍ਰਿਜ ਆ ਮਾਸ਼ਾ ਅੱਲਾਹ ਬ੍ਰਿਜ ਨੇ ਬੜਾ ਸੁਣਿਆ ਅੱਛਾ ਇੱਥੇ ਰਹੇ ਨੇ ਠੀਕ ਠੀਕ ਵੈਸੇ ਇੱਥੇ ਠੀਕ ਹੈ ਕਿਰਾਏ ਪਰ ਅਸੀਂ ਤਾਂ ਰਹਿੰਦੇ ਜਾਂ ਵੈਸੇ ਤਾਂ ਮੁਕਾਮੀ ਹੋਣੇ ਅੱਛਾ ਠੀਕ ਠੀਕ ਅਜ਼ਾਰੀ ਗਲੀ ਜਿਹੜੇ ਪੱਕੇ ਰਹੇ ਨੇ ਫਿਰ ਮੁਕਾਮੀ ਹੋ ਜਾਣੇ ਨੇ ਬਾਅਦ ਕਾਹ ਤੋਂ ਨਾ ਕਿ ਬਾਹਰ ਜਿਹੜੇ ਬੰਦੇ ਖਿੰਨੇ ਫਿੰਨੇ ਮਾਰੇ ਉਹਦੇ ਕਿਰਾਏ ਪਰ ਕਹਿੰਦੇ ਰਹੇ ਨੇ ਇੱਕ ਦੋ ਦਿਹਾੜੇ ਮਾਰੇ ਮੈਂ ਉਸ ਤਰ੍ਹਾਂ ਸੋਚਿਆ ਆ ਫਾਈਨਲੀ ਅਸੋ ਪਹੁੰਚੀ ਆਏ ਹਾਂ ਜੀ ਦਰਿਆ ਨੇ ਕਿਨਾਰੇ ਪਰ ਇਸ ਸਾਈਡ ਜੁੜ ਗਿਆ ਇੱਧਰ ਮਾਸ਼ਾ ਅੱਲਾ ਜ਼ਬਰਦਸਤ ਉਸ ਸਾਈਡ ਪਾਰ ਸਿੰਘ ਬ੍ਰਿਜ ਨਜ਼ਰ ਆਈ ਲਿਆ ਸੀ ਉਸ ਬ੍ਰਿਜ ਦੀ ਮੈਂ ਗੱਲ ਕੀਤੀ ਸੀ ਕਿ ਮਸ਼ਹੂਰ ਬ੍ਰਿਜ ਮਾਲੋ ਇਸ ਸਾਈਡ ਚੱਕ ਰੋ ਬਤਖਾ ਨਾਲ ਹੀ ਕਬੂਤਰ ਹੈ ਜਾਂ ਕਮੀ ਆ ਕਮੀ ਇਹ ਕਬੂਤਰ ਆ ਚੱਕ ਰੋ ਇਸ ਸਾਈਡ ਬਤਖਾ ਇਹ ਤਾਂ ਪੱਕੇ ਰਹਿੰਦੇ ਉਸ ਨੇ ਸੋਚਿਆ ਅਸੀਂ ਪੁਣੀਏ ਜਾਣੇ ਪਏ ਇਤਨੇ ਦੂਰ ਹੈ ਵੈਸੇ ਤਾਂ ਉੱਡ ਹੀ ਜਾਣੇ ਜਿਹੜੇ ਜੰਗਲੀ ਹੋਣੇ ਇਸ ਸਾਈਡ ਚੱਕ ਰੋ ਬਤਖ ਅੱਛਾ ਸਾਡੀ ਇਹ ਵੀ ਪਤਖਾਂ ਹੀ ਆ ਨਾ ਅੱਛਾ ਅੱਛਾ ਠੀਕ ਇਹਨਾਂ ਵਿੱਚ ਬਿਲਕੁਲ ਇੱਕ ਸਾਈਡ ਹੀ ਹੈ ਉਹ ਬੜੀ ਆਸਮ ਸਾਈਡ ਸਾਈਡ ਜਾਈਦੇ ਹੈ ਇੱਕ ਹੀ ਸਾਈਡ ਹੀ ਇਹਨਾਂ ਨੇ ਅੰਦਰ ਆਉਣੇ ਬੰਦੇ ਜਿਹੜੇ ਨੇ ਵੀ ਇਹ ਵੀ ਟੂਰਿਸਟ ਲਈ ਸੀ ਨਾ ਇਹ ਫਿਰਨੇ ਪਏ ਸੀ ਠੀਕ ਚੱਕ ਕਰੋ ਇਸ ਸਾਈਡ ਵੀ ਵੈਸੇ ਜਿਹੜੀ ਆਵਾਮ ਮਸ਼ੀਨ ਨੇ ਫਿਰਨੇ ਮਾਰੇ ਕੋਈ ਛੁੱਟੀਆਂ ਆਵਾਮ ਜਿਹੜੀ ਇਸ ਨਹੀਂ ਹੈ ਫਿਰਨੇ ਤੁਨੇ ਮਾਰੇ ਉਹਨੇ ਫਿਰਨੇ ਮਾਰੇ ਕੋਈ ਛੁੱਟੀਆਂ ਕਿਸ਼ਤੀਆਂ ਜਿਹੜੀਆਂ ਹੋਣੀਆਂ ਉਹ ਦੂਸਰੀ ਸਾਈਡ ਉਸ ਨੂੰ ਉਸ ਪਹਿਲੀ ਸਾਈਡ ਫਿਰ ਛੇ ਦੇ ਗਿਆ ਆਉਣ ਇਹ ਜਿਹੜੀ ਤੱਕੀ ਡਿਓ ਇਸ ਦੇ ਅੰਦਰ ਹੀ ਬੰਦੇ ਜਿਹੜੇ ਨੇ ਮੁਕਾਮੀ ਤਾਂ ਪੱਕੇ ਡੇ ਇਸ ਜਗ੍ਹਾ ਸੀ ਤੁਸੀਂ ਪੂਰਾ ਬ੍ਰਿਜ ਨਜ਼ਰ ਆ ਰਿਹਾ ਸੀ ਮਾਲੋ ਬ੍ਰਿਜ ਅੱਛਾ ਠੀਕ ਠੀਕ ਅੰਕਲ ਨੇ ਦੱਸਿਆ ਉਹਨੇ ਕਿ ਉਸ ਬ੍ਰਿਜਾ ਪਰ ਇੰਡੀਆ ਦੀਆਂ ਫਿਲਮਾਂ ਨਹੀਂ ਸ਼ੂਟਿੰਗ ਵਗੈਰਾ ਆਉਣੀ ਰਹਿਣੀ ਹੈ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਕਾਫੀ ਮਸ਼ਹੂਰ ਆ ਫਿਰ ਮਾਲੋ ਬ੍ਰਿਜ
ਇਹ ਤੱਕ ਨੇ ਉਸੋ ਕੁੱਤਾ ਹੀ ਹੈ ਜੇ ਕੁੱਤੇ ਉੱਥੇ ਬਕਰਵਾਲਾਂ ਕੋਲ ਆਉਣੇ ਕਿਸੇ ਲੈ ਤੇ ਬਾਲਣ ਲਈ ਲੇਕਿਨ ਉਹ ਲੈ ਕਿਸੇ ਬੱਕਰੀਆਂ ਕੋਲ ਨਹੀਂ ਜਾਣ ਦੇਣੇ ਇਹ ਬੈਠਾ ਚੁੱਪ ਚੁਪੀਤਾ ਜੀ ਹਾਂ ਇਸ ਸਾਈਡ 'ਚੋਂ ਹੀ ਦੱਸਣੇ ਚੱਲੇ ਹਾਂ ਜੀ ਚੈੱਕ ਕਰੋ ਬੱਚੇ ਨਾ ਖੇਡਣ ਜਗ੍ਹਾ ਪੰਗੂੜੇ ਕਾਫੀ ਸਾਰੇ ਲਾਏ ਵੀ ਨੇ ਇਸ ਸਾਈਡ ਔਰ ਇੱਧਰ ਬੱਚੇ ਖੇਡਣੇ ਪਏ ਔਰ ਬਾਕੀ ਅਸੀਂ ਇਸ ਸਾਈਡ ਜਾਈ ਰਹੇ ਹਾਂ ਪੁੱਲ ਵਾਲੀ ਸਾਈਡ ਚਲ ਸਾ ਪੁੱਲ ਹੈ ਪਰ ਜੁਲੀ ਤੇ ਅਸੀਂ ਜਨਾਬ ਨਜ਼ਾਰੇ ਖਿਲਾਉਣੇ ਹਾਂ ਔਰ ਪੁੱਲ ਜੁਲੀ ਤੇ ਅਸੀਂ ਕਲੀਪ ਹੀ ਦੱਸਣੇ ਹਾਂ ਚੈੱਕ ਕਰੋ ਇਸ ਸਾਈਡ ਇੱਕ ਚੀਜ਼ ਹੈ ਚਰਚਾ ਹੋਈ ਠੀਕ ਚੈੱਕ ਕਰੋ ਇੱਧਰੋਂ ਅਸੀਂ ਸ਼ਾਰਟਕੱਟ ਮਾਰੀ ਹੈ ਵੈਸੇ ਉੱਧਰੋਂ ਫਿਰੀ ਤਾਂ ਰਸਤਾ ਸੀ ਨਾ ਸਾ ਅਸੀਂ ਇੱਧਰੋਂ ਵਿੱਚੇ ਵਿੱਚੇ ਆਈ ਗਏ ਸ਼ਾਰਟ ਆਈ ਗਈਆਂ ਅਸਾਂ ਪੁੱਲਾ ਪਰ ਜੀ ਹਾਂ ਬਿਲਕੁਲ ਅੱਲਾ ਜਿਸ ਤਰ੍ਹਾਂ ਨਹੀਂ ਤੁਸੀਂ ਦੱਸਣੇ ਹੁਣ ਮਿਸਾਲ ਨਹੀਂ ਤੋਂ ਪਰ ਜਿਸ ਤਰ੍ਹਾਂ ਰਾਜ ਦਾ ਪੁੱਲ ਨਹੀਂ ਹਿਲਣਾ ਜਾਂ ਫਲਾਕ ਵਾਲਾ ਪੁੱਲ ਉਹ ਵੀ ਹਿਲਣਾ ਹੋਣਾ ਆਈ ਗਏ ਜੀ ਅਸਾਂ ਮਾਲੋ ਬ੍ਰਿਜ ਪਰ ਚੈੱਕ ਕਰੋ ਮਾਸ਼ਾ ਅੱਲਾ ਕਿਤਨਾ ਖੂਬਸੂਰਤ ਆ ਔਰ ਪਹਿਲਾਂ ਅਸੀਂ ਉਸ ਸਾਈਡ ਗਏ ਸੀ ਉਸ ਜਗ੍ਹਾ ਸੀ ਅਸਾਂ ਹੁਣ ਅਸੀਂ ਇੱਧਰ ਆਈ ਗਏ ਔਰ ਇਸ ਸਾਈਡ ਜਾਈ ਰਿਹਾ ਹੈਲੀਕਾਪਟਰ ਗੁਜ਼ਰਨੇ ਨੇ 8-10 ਮਿੰਟਾਂ ਬਾਅਦ ਵੀ ਨਾ ਕੋਈ ਹੈਲੀਕਾਪਟਰ ਇੱਥੋਂ ਗੁਜ਼ਰਨਾ ਰਹਿਣਾ ਔਰ ਬਾਕੀ ਉਸ ਸਾਈਡ ਤੋਂ ਤੁਸੀਂ ਦੱਸਣੇ ਆ ਪਾਉਣੀਆਂ ਨੇ ਸਪੀਡ ਉਹ ਉਸ ਸਾਈਡ ਤੁਸੀਂ ਪਾਉਣੀਆਂ ਸਪੀਡ ਨਜ਼ਰ ਆਈ ਰਹੀ ਉਸ ਚੱਕਰ ਨੇ ਉਸ ਪਾਣੀ ਉੱਧਰੋਂ ਕਿਤਨੀ ਤੇਜ਼ੀ ਨਾਲ ਆਈ ਰਿਹਾ ਚੱਕਰੋ ਮਾਸ਼ਾ ਚੱਕਰਨੇ ਆ ਸਾਹਮਣੇ ਇੱਕ ਤਖਤੀ ਨਜ਼ਰ ਆਈ ਰਹੀ ਹੈ ਉਸਨੇ ਪਰ ਇਸਨੇ ਹਿਸਟਰੀ ਲਿਖੀ ਹੋਈ ਸੀ ਇਹਦਾ ਪੁੱਲ ਕਦੋਂ ਬਣਿਆ ਆ ਕੁਛ ਬਣਾਇਆ ਸਾ ਤੱਕਣੇ ਕਿ ਕੋਈ ਮਲੂਮਾਤ ਅਸੀਂ ਮਿਲਣੀ ਆ ਉਸਨੂੰ ਮਲੂਮਾਤ ਦੇਣੇ ਆ ਸਤਾਰਾਂ ਸੌ 83 ਗੀ ਔਰ ਓਪਨ ਸਤੰਬਰ 1832 ਹੋਇਆ ਮਤਲਬ ਕਿ ਇਸ ਨੂੰ ਕੰਮ ਸਟਾਰਟ ਹੋਇਆ 1783 ਗੀ ਔਰ 1832 ਗੀ ਇਸਨੀ ਓਪਨਿੰਗ ਹੋਈ ਹੈ ਔਰ ਵਿਚਾਰ ਕਰੋ ਇਸ ਸਾਈਡ ਕੋਈ ਆਈ ਮਲੂਮਾਤ ਇੱਧਰ ਕੌਣ ਕੋਈ ਬੋਰਡ ਓਪਨਿੰਗ ਨੇ ਕੌਣ ਲਿਖਿਆ ਕੁਛ ਕੀਤੀ ਸੀ ਕਿਸੇ ਬੁਰੇ ਨਾਂ ਲਿਖਿਆ ਹੋਇਆ ਸੀ ਠੀਕ ਇਹ ਚੈੱਕ ਕਰੋ ਜੀ ਇਹ ਲਾਈਵ ਨੇ ਦੋ ਸਾਈਡਾਂ ਪਰ ਤਾਂ ਕਿ ਬੜੀਆਂ ਗੱਡੀਆਂ ਨਾ ਇਸਨੇ ਅੰਦਰ ਛੁਣ ਸਿਰਫ ਛੋਟੀਆਂ ਗੱਡੀਆਂ ਛੁਣ ਤੱਕੋ ਸਿਰਫ ਹੀ ਗੱਡੀ ਗੁਜ਼ਰਨੇ ਦੀ ਜਗ੍ਹਾ ਹੀ ਹੈ ਵੈਲਕਮ ਟੂ ਮਾਲੋ ਹਾਂ ਬਿਲਕੁਲ ਇਸ ਸਾਈਡ ਸਾਈਡਾਂ ਵੀ ਜਿਹੜੇ ਪੈਦਲ ਚੱਲਣੇ ਮਾਰੇ ਲੱਕੜੀਆਂ ਫੱਟੇ ਲੈ ਆਉਣੇ ਇੱਧਰ ਬਾਕੀ ਇਸ ਸਾਈਡ ਚਰਚ ਔਰ ਇਸ ਨਾਲ ਹੀ ਸਾਈਡ ਘੱਬਰਾਂ ਇਹਨਾਂ ਨੇ ਬੜੇ ਵੱਡੇ ਰਹੀਆਂ ਉਸ ਸਮੇਂ ਇੱਥੇ ਵੀ ਉਹੀ ਲਿਖਿਆ ਵਾ 1832 ਓਪਨ ਹੋਇਆ ਅਸੀਂ ਵਾਪਸ ਆਈ ਗਏ ਹਾਂ ਪਾਰਕਿੰਗ ਦੀ ਜਗ੍ਹਾ ਪਰ ਔਰ ਅੱਗੇ ਜੁੜਨੇ ਹਾਂ ਅੱਗੇ ਹੋਰ ਕੋਈ ਚੀਜ਼ ਰਸਤੇ ਤੁਸੀਂ ਨਜ਼ਰ ਆਈ ਤਾਂ ਉਸਨੂੰ ਦੱਸਾਂ ਇਸਨੇ ਮਾਲੋ ਨੂੰ ਮੈਂ ਸੁਣਿਆ ਸੀ ਕਿ ਕਾਫੀ ਮਸ਼ਹੂਰ ਜਗ੍ਹਾ ਹੀ ਹੈ ਇੱਥੇ ਆਏ ਹਾਂ ਤਾਂ ਯਕੀਨ ਕਰੋ ਕਿ ਮਜ਼ਾ ਆਇਆ ਖੂਬਸੂਰਤ ਜਗ੍ਹਾ ਹੀ ਹੈ ਤੱਕਣ ਵਾਲੀ ਜਗ੍ਹਾ ਹੀ ਹੈ ਔਰ ਅਗਰ ਆਸ ਪਾਸ ਨੇ ਅਗਰ ਟਾਊਨ ਨੇ ਕੋਈ ਬੰਦਾ ਅਗਰ ਤੱਕਣਾ ਪਿਆ ਅਗਰ ਅਜੇ ਤੱਕ ਤੁਸੀਂ ਮਾਲੋ ਨਹੀਂ ਹੋਏ ਤਾਂ ਜ਼ਰੂਰ ਸੁਣੀ ਤਾਂ ਚੋਇਸ ਜਗ੍ਹਾ ਇੱਥੇ ਤਾਂ ਵਿਜ਼ਿਟ ਕਰੋ ਵੈਸੇ ਅਸੀਂ ਸੁਣਨੇ ਸੀ ਕਿ ਅੰਗਲੈਂਡ ਅੰਦਰ ਆਉਣ ਜਗ੍ਹਾ ਕੋਣੀ ਜਗ੍ਹਾ ਆਈ ਆ ਅਗਰ ਟਾਈਮ ਤੋਂ ਕੋਲ ਆਇਆ ਤਾਂ ਤੁਸੀਂ ਅੱਗੇ ਪਿੱਛੇ ਜਾ ਸਕਦੇ ਹੋ ਫਿਰੀ ਸਕਦੇ ਹੋ ਜਗ੍ਹਾ ਤੱਕ ਹੀ ਸਕਦੇ ਹੋ ਖੂਬਸੂਰਤ ਔਰ ਇੰਜੋਏ ਕਰੀ ਸਕਦੇ ਹੋ ਮੈਂ ਤਾਂ ਮਾਸ਼ਾ ਅੱਲਾ ਮੀ ਬੜਾ ਅੱਛਾ ਲੱਗਿਆ ਇੱਥੇ ਅੱਛੀ ਤਾਂ ਬੜਾ ਇੰਜੋਏ ਕੀਤਾ ਆ ਚਲੋ ਹੁਣ ਬਿਨੇ ਉੱਡ ਲੈ ਅੱਗੇ
ਇਸ ਸਾਈਡ ਮਾਰਲੋ ਸਕੂਲ ਔਰ ਨਾਲ ਹੀ ਗਰਾਊਂਡ ਆ ਹਾਂਜੀ ਕੱਲ੍ਹ ਅਸੀਂ ਮਾਰਲੋ ਸੀ ਵਾਪਸ ਆਏ ਰਹੇ ਸੀ ਘਰੋਂ ਕਾਲ ਕੀਤੀ ਸੀ ਕਿ ਘਰ ਕੁਝ ਮਹਿਮਾਨ ਆਏ ਹੋਏ ਜਿਸ ਦਿਨ ਵੀ ਅਸੀਂ ਜਲਦੀ ਘਰ ਆਏ ਗਏ ਸੀ ਉਸ ਜਗ੍ਹਾ ਮਜ਼ੀਦ ਤੁਸੀਂ ਕਿ ਹੋਰ ਕੋਈ ਚੀਜ਼ ਨਾ ਦੱਸੀ ਸਕੇ ਚਲੋ ਇਨਸ਼ਾਅੱਲਾ ਆਸਤੇ ਆਸਤੇ ਤੁਹਾਨੂੰ ਮਜ਼ੀਦ ਜਗ੍ਹਾ ਦੱਸਾਂ ਔਰ ਬਾਕੀ ਇਹ ਕਿ ਜਿਸ ਤਰ੍ਹਾਂ ਮੈਂ ਪਿਛਲੀ ਵੀਡੀਓ ਨੇ ਦੱਸਿਆ ਸੀ ਕਿ ਕੁਝ ਪਹਿਲਾਂ ਪੁਰਾਣੇ ਅਗਰ ਕਿਸੇ ਕਿਸੇ ਨੂੰ ਕੋਈ ਕਮੈਂਟ ਆ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਸਵਾਲ ਪੁੱਛ ਸਕਦੇ ਹੋ ਕੋਈ ਸਵਾਲ ਹੈ ਉਸ ਵੀਡੀਓ ਨੇ ਥੱਲੇ ਕਮੈਂਟਾਂ ਦੇ ਅੰਦਰ ਪੁੱਛੇ ਗਏ ਅਤੇ ਕੁਝ ਅਗਰ ਹੋਰ ਕੋਈ ਸਵਾਲ ਹੈ ਅਤੇ ਤੁਸੀਂ ਇਸ ਵੀਡੀਓ ਨੇ ਥੱਲੇ ਕਮੈਂਟਾਂ ਹੀ ਪੁੱਛੋ ਤਾਂ ਇਨਸ਼ਾਅੱਲਾ ਕੋਈ ਮੈਂ ਕਿਉਂ ਨੇ ਵੀਡੀਓ ਬਣਾ ਸਕਾਂ ਜਿਸ ਦੇ ਅੰਦਰ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਦੇਸਾਂ ਠੀਕ ਹੈ ਆਪਣਾ ਬੁਸਰਾ ਖਿਆਲ ਰੱਖਿਆ ਮਿੱਕੀ ਦੁਆ ਕਿ ਯਾਦ ਰੱਖਿਆ ਜ਼ਿੰਦਗੀ ਫਾਤਿਹ ਨੇ ਵੀਡੀਓ ਨੂੰ ਦੱਸਾਂ ਅੱਲਾ ਸੁਣਨ ਵਾਲਾ